अगर आपने हमारे चैनल को सब्सक्राइब नहीं किया है तो इसे सब्सक्राइब कर लें। जो DDR नंबर हैगा है जी 16 DDR नंबर 27920 दा बाजाखाना थाने दा एक जिहड़ी DDR पाई है जिस दे तहत जिहड़ी DDR है उन्दे मुताबक पुलिस कमिश्नर लुधियाना परमराज उमरा नंगल उस वक्त दे जिहड़े DGP समेत सिंह सैनी है जिहड़े दोषी नामजद कीते गए ये जिहड़ी DDR कटी गई है ते जो बड़ा साडे वल्लों असीं कहिंदे बड़ा शलांघाजोग कदम क्योंकि DGP दी इस पूरी इनवॉल्वमेंट सी DGP ਦੇ ਕਹਿਣ ਤੇ ਹੀ ਜਿਹੜੀ ਕਤਲੋਗਾਰਤ ਹੋਈ ਹੈ ਬਾਜਾਖਾਨਾ ਹੈ ਉਹ DGP ਦੇ ਕਹਿਣ ਤੋਂ ਹੀ ਹੋਈ। ਦੂਸਰਾ ਜਿਹੜਾ ਹੈ ਕਿ ਇੱਕ ਸਾਨੂੰ ਪਤਾ ਲੱਗਿਆ ਕਿ ਜਿਹੜਾ ਪੰਧੇਰ SHO ਹੈ ਉਸਨੇ ਇੱਕ ਰਿਟ ਫਾਈਲ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਜਿਸ 'ਚ ਉਹਨੇ ਕਿਹਾ ਹੈ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਇਹਨਾਂ ਦੀ ਉੱਥੋਂ ਜਿਹੜੀ ਟਰਾਂਸਫਰ ਕੀਤੀ ਜਾਵੇ ਅਤੇ ਇਨਵੈਸਟੀਗੇਸ਼ਨ ਕਿਸੇ ਹੋਰ ਨੂੰ ਸੌਂਪੀ ਜਾਵੇ। ਅਸੀਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਅਗਰ ਕੁੰਵਰ ਵਿਜੇ ਪ੍ਰਤਾਪ ਦੀ ਇਸ ਇਨਵੈਸਟੀਗੇਸ਼ਨ 'ਚੋਂ ਟਰਾਂਸਫਰ ਹੋ ਜਾਂਦੀ ਹੈ ਤਾਂ ਸਿੱਧਾ ਰਿਜ਼ਲਟ ਇਹ ਹੋਊਗਾ ਕਿ ਦੋਸ਼ੀ ਬਰੀ ਹੋਣਗੇ ਅਤੇ ਉਸ ਜਿਹੜੀ ਇਨਵੈਸਟੀਗੇਸ਼ਨ ਦਾ ਕੋਈ ਰਿਜ਼ਲਟ ਨਹੀਂ ਆਉਣਾ ਅਤੇ ਜਿਹੜਾ ਬੇਅਦਬੀ ਕਾਂਡ ਆ ਜ਼ਿੰਦਗੀ 'ਚ ਕਿਤੇ ਵੀ ਜਸਟਿਸ ਮਿਲਣ ਦੀ ਸੰਭਾਵਨਾ ਹੀ ਨਹੀਂ ਹੋਣਾ ਕਿਉਂਕਿ ਜੋ ਤੁਸੀਂ ਕੇਸ ਦੇਖੋਗੇ ਤਾਂ ਕੁੰਵਰ ਵਿਜੇ ਪ੍ਰਤਾਪ ਦੇ ਜਿਹੜੀ ਉਸ ਇਨਵੈਸਟੀਗੇਸ਼ਨ ਕੀਤੀ ਹੈ ਜਾਂ ਉਹਨੇ ਹਰ ਪੁਆਇੰਟ ਨੂੰ ਬੜੀ ਬਰੀਕੀ ਨਾਲ ਲਿਆ ਉਹਨੇ ਕਿਸੇ ਮੁਲਜ਼ਮ ਨੂੰ ਵੀ ਇਹਨੇ ਬਾਹਰ ਨਹੀਂ ਛੱਡਿਆ ਨਾ ਹੀ ਉਹ ਕਿਸੇ ਦੇ ਅੰਡਰ ਹੈ ਨਾ ਹੀ ਕਿਸੇ ਦੀ ਅਪਰੋਚ ਹੈ ਉਹਨੂੰ ਹੁੰਦੀ ਹੈ। ਸੋ ਮੇਰੇ ਦੇਖਣ ਦੇ ਵਿੱਚ ਜੇ ਜਸਟਿਸ ਲੈਣਾ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਦੀ ਉੱਥੇ ਹਾਜ਼ਰੀ 'ਚ ਚਾਹੀਦਾ ਹੈ ਮੇਰੇ ਦੇਖੇ ਜੇ ਉਹਦੀ ਬਦਲੀ ਹੋ ਗਈ ਤਾਂ ਮੇਰੇ ਦੇਖਣ 'ਚ ਬੰਦੀ ਕਰ ਦੇਣਾ ਚਾਹੀਦਾ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਇਸ ਦੇ ਵਿੱਚ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਦੀ ਪਿਛਲੇ ਸਾਲ ਗੱਲ ਬੜੀ ਵਧੀਆ ਨੇ ਮੈਨੂੰ ਕਹੀ ਸੀ ਫਸਟ ਟਾਈਮ 'ਤੇ ਮਿਲਿਆ ਤਾਂ ਉਸਨੇ ਮੈਨੂੰ ਇੱਕ ਲਫ਼ਜ਼ ਕਹਿ ਕਹਿੰਦਾ ਯਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਦਾ ਕਰਕੇ ਮੱਥਾ ਟੇਕਿਆ ਸੀ ਅਤੇ ਤੁਸੀਂ ਪੰਜਾਬ ਦੇ ਲੋਕਾਂ ਨੇ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲ ਦਿੱਤਾ। ਤੋ ਇਸ ਕਰਕੇ ਇਹ ਦੋਸ਼ੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜਾਂ ਇਸ ਦੇ ਵਿੱਚ ਕਤਲੋਗਾਰਤ ਕੀਤੀ ਹੈ ਮੈਂ ਯਾਰ ਨਹੀਂ ਚਾਹੁੰਦਾ ਕਿ ਉਹ ਬੰਦੇ ਵੱਜ ਜਾਣ। ਸੋ ਮੇਰੇ ਦੇਖਣ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਦੋਨਾਂ ਕੇਸਾਂ ਦੇ ਵਿੱਚ ਬਹੁਤ ਵਧੀਆ ਹੈ ਅਤੇ ਮੈਨੂੰ ਲੱਗਦਾ ਨਹੀਂ ਕਿ ਦੋਸ਼ੀ ਬਚਣਗੇ ਇਸ ਦੇ ਵਿੱਚ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।